ਮਾਨਕ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ ਜੀ, ਬਹੁਤ ਵਧੀਆ। ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡਾ ਇੰਸਟਾ ਲਾਈਵ ਤੇ ਜੁੜੇ ਹੋ, ਤੁਸੀਂ ਬਹੁਤ ਬਹੁਤ ਧੰਨਵਾਦ ਹੈ। ਬਾਜੀ ਫਰਜ਼ ਬਣਦਾ ਸਾਡਾ ਤੁਹਾਨੂੰ ਪਿਆਰ ਕਰੀਏ, ਤੁਸੀਂ ਇੰਨਾ ਮਾਣ ਬਖਸ਼ਦੇ ਹੋ। ਕਿਆ ਬਾਤ ਹੈ, ਕਿਆ ਬਾਤ ਹੈ, ਸ਼ੁਕਰਗੁਜ਼ਾਰ ਹੈ। ਸੋ ਬਹੁਤ ਬਹੁਤ ਪਹਿਲੇ ਤਾਂ ਇਹ ਹੈ ਜੀ ਕਿ ਬਹੁਤ ਮੁਬਾਰਕਬਾਦ ਹੈ ਜੀ, ਨਵਾਂ ਟਰੈਕ ਲੈ ਕੇ ਆਏ ਹੋ ਤੁਸੀਂ, ਨਵੀਂ ਸ਼ੁਰੂਆਤ ਹੈ ਤੁਹਾਡੀ, ਬੜਾ ਪਿਆਰ ਮਿਲ ਰਿਹਾ ਉਸ ਗੀਤ ਨੂੰ। ਸੋ ਮਾਨਕ ਸਾਹਿਬ, ਪਹਿਲੇ ਤੁਸੀਂ ਇਹ ਦੱਸੋ ਕਿ ਜਿਹੜਾ ਨਵਾਂ ਗੀਤ ਤੁਸੀਂ ਲੈ ਕੇ ਆਏ ਹੋ, ਬੜਾ ਪਿਆਰ ਮਿਲ ਰਿਹਾ ਇਸ ਗੀਤ ਨੂੰ, ਤਮਾਮ ਦੁਨੀਆਂ ਚ ਸਾਰੇ ਪੰਜਾਬੀ ਪਸੰਦ ਕਰ ਰਹੇ ਇਸ ਗੀਤ ਨੂੰ, ਥੋੜਾ ਕਿ ਇਹ ਗੀਤ ਬਾਰੇ ਦੱਸੋ ਕਿ ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਕਨਸੈਪਟ ਕਿੱਦਾਂ ਤਿਆਰ ਹੋਇਆ ਸਾਰਾ? ਕਨਸੈਪਟ ਅਸੀਂ ਸਟੂਡੀਓ ਚ ਬੈਠੇ ਸੀ, ਮੈਂ ਤੇ ਮੇਰਾ ਵੱਡਾ ਵੀਰ ਇੰਦੀ ਬਲਿੰਗ, ਹਾਂਜੀ, ਤੇ ਅਸੀਂ ਗਾਣਾ ਕੋਈ ਹੋਰ ਰਿਕਾਰਡ ਕਰਾਉਣ ਆਏ ਸੀ, ਤੇ ਮੈਂ ਬੈਠੇ ਬੈਠੇ ਨੇ ਨਾ ਬਾਈ ਨੂੰ ਸੁਣਾਇਆ ਇਹ ਗੀਤ। ਹਾਂ ਬਾਈ ਜੀ ਕਹਿੰਦੇ ਵੀ ਰਿਪੀਟ ਤੇ ਸੁਣਾ, ਇੱਕ ਵਾਰੀ ਹੋਰ ਸੁਣਾ। ਅੱਛਾ, ਜਦੋਂ ਗਾਇਆ ਤੇ ਬਾਈ ਜੀ ਨੂੰ ਚੰਗਾ ਲੱਗਿਆ, ਬਾਈ ਜੀ ਕਹਿੰਦੇ ਵੀ ਆਪਾਂ ਇਹ ਰਿਕਾਰਡ ਕਰਾਉਣਾ। ਵਾਹ ਜੀ ਵਾਹ, ਕਿਆ ਬਾਤ ਹੈ। ਵੈਸੇ ਜੇ ਗੱਲ ਕਰੀਏ ਭਾਜੀ, ਜਿੱਦਾਂ ਹੁਣ ਤੁਹਾਡੀ ਜਿਹੜੀ ਫੈਮਿਲੀ ਦੀ ਗੱਲ ਕਰੀਏ, ਬੜਾ ਵੱਡੇ ਪਰਿਵਾਰ ਨਾਲ ਤੁਸੀਂ ਜੁੜੇ ਹੋ, ਉਸਤਾਦ ਕੁਲਦੀਪ ਪਣਕ ਸਾਹਿਬ, ਤੁਹਾਡੇ ਨਾਨਾ ਜੀ ਬੜੇ ਕਮਾਲ ਦੇ, ਜਿਹਨਾਂ ਦੀ ਬਦੌਲਤ ਮੈਂ ਕਹਿ ਸਕਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਖੜਾ ਕਰਨ ਵਾਸਤੇ ਵੀ ਮਾਣਕ ਸਾਹਿਬ ਦਾ ਬਹੁਤ ਵੱਡਾ ਹੱਥ ਹੈ। ਤਮਾਮ ਦੁਨੀਆ ਉਹਨਾਂ ਦੀ ਗੀਤਾਂ ਨੂੰ ਪਸੰਦ ਕਰਦੇ ਆ, ਉਹਨਾਂ ਗੀਤਾਂ ਨੂੰ ਸੁਣਿਆ ਆ, ਹਰੇਕ ਜਨਰੇਸ਼ਨ ਦਾ ਬੰਦਾ ਨੇ ਗੀਤ ਉਹਨਾਂ ਦੇ ਸੁਣੇ ਆ। ਹਾਂਜੀ ਹਾਂਜੀ, ਥੋੜਾ ਕੁ ਮਾਣਕ ਸਾਹਿਬ ਦੀਆਂ ਯਾਦਾਂ ਬਾਰੇ ਸਾਡੇ ਨਾਲ ਸਾਂਝਾ ਕਰੋ, ਕਿਉਂਕਿ ਤੁਹਾਡੇ ਨਾਨਾ ਜੀ ਲੱਗਦੇ ਰਿਸ਼ਤੇ 'ਚ, ਥੋੜਾ ਕੁ ਉਹ ਨਾਨਾ ਦੋਤੇ ਦਾ ਜਿਹੜਾ ਰਿਸ਼ਤਾ ਹੈ ਉਹਦੇ ਬਾਰੇ ਵੀ ਦੱਸੋ ਥੋੜਾ ਜਿਹਾ। ਹਾਂਜੀ ਹਾਂਜੀ, ਬਾਕੀ ਮੈਂ ਉਹ ਵੀ ਦੱਸੂਗਾ। ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੀ ਵੀਡੀਓ ਜੋਤ ਕਾਲੀ ਰਾਓ ਨੇ ਕੀਤੀ ਹੈ, ਹਾਂਜੀ ਹਾਂਜੀ ਤੇ ਇਹਨੂੰ ਮਿਊਜ਼ਿਕ ਦਿੱਤਾ ਬੀਟ ਸੋਲ ਨੇ, ਬਿਲਕੁਲ ਜੀ, ਤੇ ਲਿਖਿਆ ਹੋਇਆ ਅਨਪੜ੍ਹ ਅੱਸੀ ਦਾ ਇਹ। ਵਾਹ ਰੇ ਵਾਹ। ਹਾਂਜੀ ਹਾਂਜੀ, ਵੈਸੇ ਰਿਕਾਰਡਿੰਗ ਤੋਂ ਲੈ ਕੇ, ਜੇ ਗੱਲ ਕਰੀਏ ਰਿਕਾਰਡਿੰਗ, ਸੰਗੀਤ ਦੀ ਰਿਕਾਰਡਿੰਗ ਤੋਂ ਲੈ ਕੇ ਵੀਡੀਓ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਬਾਰੇ ਵੀ ਦੱਸੋ, ਕਿਉਂਕਿ ਵੀਡੀਓ ਵੀ ਬੜੀ ਕਮਾਲ ਦੀ ਬਣੀ ਹੈ, ਬੜਾ ਇੱਕ ਸਿੰਪਲ ਲੁੱਕ ਹੈ, ਦੇਖੋ ਹੀ ਬੜੀ ਸਿੰਪਲ ਹੈ, ਸੈੱਟ ਵੀ ਸਾਰਾ ਸਿੰਪਲ ਹੈ, ਥੋੜਾ ਦੱਸੋ ਉਹ ਉਹਦਾ ਐਕਸਪੀਰੀਅੰਸ ਕਿੱਦਾਂ ਰਿਹਾ ਤੁਹਾਡਾ? ਮੈਂ ਐਕਸਪੀਰੀਅੰਸ ਇੱਕ ਆਇਆ ਵੀ ਮੈਂ ਉਸ ਖਾਨਦਾਨ ਨੂੰ ਬਿਲੋਂਗ ਕਰਦਾ ਜਿਹੜੇ ਮਿਹਨਤ ਹਾਂਜੀ ਨਾਲ ਅੱਗੇ ਆ, ਬਿਲਕੁਲ ਬੇਸ਼ੱਕ, ਤੇ ਮੈਂ ਤਕਰੀਬਨ ਜੁੱਦੀ ਮਾਮਾ ਜੀ ਦੇ ਸ਼ੂਟ ਦੇਖਦਾ ਰਿਹਾ, ਗਾਣਿਆਂ ਦੇ ਪਾਪਾ ਜੀ ਦੇ ਸ਼ੂਟਿੰਗਾਂ ਦੇਖਦਾ ਰਿਹਾ। ਸੋ ਮੈਨੂੰ ਇਹ ਚੀਜ਼ ਸੀ ਵੀ ਮੈਂ ਆਪਣੇ ਪਰਿਵਾਰ ਨਾਲ ਮੇਲ ਖਾਂਦਾ ਕੋਈ ਕੰਮ ਕਰਾਂ, ਵੀ ਉਹਨਾਂ ਤੋਂ ਜੁਦਾ ਨਾ ਹੋਵੇ ਕੋਈ ਗੱਲ। ਬਿਲਕੁਲ ਬਿਲਕੁਲ, ਹਾਂਜੀ, ਤਾਂ ਕਰਕੇ ਏਦਾਂ ਦੀ ਚੀਜ਼ ਬਣਾਈ ਆ। ਥੋੜਾ ਉਹ ਐਕਸਪੀਰੀਅੰਸ ਦਾ ਵੀ ਦੱਸੋ ਤੁਸੀਂ, ਜਦੋਂ ਤੁਸੀਂ ਸ਼ੂਟਿੰਗ ਤੇ ਸੀਗੇ, ਉਹ ਜਿਹਾ ਮਾਹੌਲ ਸਾਰਾ ਬਣਿਆ ਸੀ, ਕਿਉਂਕਿ ਸਾਰੇ ਜਿੰਨੇ ਵੀ ਤੁਹਾਡੇ ਗੀਤ ਨੂੰ ਸੁਣੇ ਆ, ਖਾਸ ਕਰਕੇ ਜਿਹੜਾ ਆਹ ਗੀਤ ਤੁਸੀਂ ਕੱਢਿਆ, ਹਰੇਕ ਬੰਦੇ ਦੇ ਬੰਦਾ ਇਹੀ ਕਹਿ ਰਿਹਾ ਹੈ ਕਿ ਇਹ ਮਾਣਕ ਸਾਹਿਬ ਫਿਰ ਦੁਬਾਰਾ ਵਾਪਸ ਆ ਗਏ। ਆਵਾਜ਼ ਆ ਰਹੀ ਨਾ ਮੇਰੀ? ਹਾਂਜੀ, ਹੈਲੋ, ਵਾਹ ਜੀ ਵਾਹ। ਸੋ ਮਾਣਕ ਸਾਹਿਬ ਜੀ, ਗੱਲ ਕਰੀਏ ਜਿੱਦਾਂ ਹੁਣ ਉਸਤਾਦ ਕੁਲਦੀਪ ਮਾਣਕ ਸਾਹਿਬ, ਜਿਹੜੇ ਅਸੀਂ ਲੈਜੈਂਡਰੀ ਕਲਾਕਾਰ ਕਹਿੰਦੇ ਹਾਂ, ਤੁਸੀਂ ਕਾਫੀ ਉਹਨਾਂ ਦੀ ਗਾਇਕੀ ਤੋਂ ਵੀ ਪ੍ਰਭਾਵਿਤ ਆ, ਕਿਉਂਕਿ ਐਂਡ ਆਫ ਡੇ ਤੁਹਾਡੇ ਨਾਨਾ ਜੀ ਲੱਗਦੇ ਆ, ਨਾਲ ਨਾਲ ਉਸਤਾਦ ਵੀ ਕਹਿ ਸਕਦੇ ਆ, ਇਹ ਗੀਤ ਬੇਗਾਨਾ ਪੁੱਤ ਤਾਂ ਤੁਸੀਂ ਕੀਤਾ, ਹੋਰ ਕਈ ਗੀਤ ਵੀ ਮਾਣਕ ਸਾਹਿਬ ਦੇ ਹੈਗੇ, ਸਪੈਸੀਫਿਕਲੀ ਇਹ ਗੀਤ ਕਿਉਂ ਤੁਸੀਂ ਚੁਣਿਆ ਸੀ ਇਹ ਰਿਕਾਰਡ ਕਰਾਉਣ ਨੂੰ? ਇਹ ਚੰਗਾ ਲੱਗਿਆ ਸਾਡੀ ਸਾਰੀ ਟੀਮ ਨੂੰ, ਸਪੈਸ਼ਲੀ ਬਾਈ ਹਿੰਦੀ ਬਲਿੰਗ ਨੂੰ ਵਧੀਆ ਲੱਗਿਆ, ਕਿਉਂਕਿ
ਇਹਨਾਂ ਨੇ ਮੇਰਾ ਕਹਿ ਸਕਦਾ ਮੈਨੂੰ ਸਹਾਰਾ ਦਿੱਤਾ ਜੀ, ਇਹਨਾਂ ਕਰਕੇ ਅੱਜ ਤੁਹਾਡਾ ਭਰਾ ਤੁਹਾਡੇ ਸਾਹਮਣੇ ਸਾਰਿਆਂ ਦੇ। ਵਾਹ ਜੀ ਵਾਹ। ਵੈਸੇ ਭਾਜੀ ਜਿੱਦਾਂ ਹੁਣ ਗੱਲ ਕਰੀਏ, ਜਿੱਦਾਂ ਹੁਣ ਜਿੱਦਾਂ ਸਟਰਗਲ ਬੰਦੇ ਨੂੰ ਕਰਨੀ ਪੈਂਦੀ ਹੈ ਖਾਸ ਕਰਕੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਉਣ ਦੀ, ਇੰਨੇ ਸਾਲ ਤੁਸੀਂ ਕਿੱਥੇ ਸੀਗੇ, ਜਿਹੜਾ ਇੰਨਾ ਸਮਾਂ ਲੱਗ ਗਿਆ ਤੁਹਾਨੂੰ ਇੰਡਸਟਰੀ ਵਿੱਚ ਆਉਣ ਨੂੰ ਐਜ਼ ਐਨ ਆਰਟਿਸਟ, ਹਾਂਜੀ ਹਾਂਜੀ ਕੋਈ ਰੁਕਾਵਟਾਂ ਸੀ ਵਿੱਚ, ਕੋਈ ਰੁਕਾਵਟਾਂ ਵੀ ਆਈਆਂ ਕੁਛ? ਬਾਈ ਜੀ, ਰੁਕਾਵਟਾਂ ਜਦੋਂ ਆਉਂਦੀਆਂ ਬੰਦਾ ਉਹਦੀ ਜਜ਼ਬਾਤਾਂ ਜਾ ਕੇ ਕਾਮਯਾਬੀ ਵਾਲੇ ਰਸਤੇ ਨੂੰ ਚੁਣਦਾ। ਜੇ ਤੁਹਾਡੇ ਚ ਰੁਕਾਵਟਾਂ ਨਾ ਆਉਣਗੀਆਂ ਤਾਂ ਤੁਸੀਂ ਲੌਂਗ ਟਾਈਮ ਨਹੀਂ ਚੱਲ ਸਕਦੇ, ਬਿਲਕੁਲ। ਠੀਕ ਹੈ ਨਾ। ਤੁਸੀਂ ਲੌਂਗ ਟਾਈਮ ਨਹੀਂ ਚੱਲ ਸਕਦੇ, ਬਣੀ ਬਣਾਈ ਢੇਰੀ ਤੇ ਰਾਜ ਕਰਨਾ ਬਹੁਤ ਸੌਖਾ ਹੁੰਦਾ, ਜਦੋਂ ਆਪ ਕੰਮ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਵੀ ਮਿਹਨਤ ਕੀ ਆ। ਬਿਲਕੁਲ ਮੇਰੇ ਉਹ ਵਕਤ ਨੇ, ਮੇਰੀਆਂ ਉਹ ਠੋਕਰਾਂ ਨੇ ਮੈਨੂੰ ਇਹ ਦਿਨ ਬਖਸ਼ਿਆ। ਸੋ ਮੈਂ ਕਹੂੰਗਾ ਹਰੇਕ ਬੰਦੇ ਨੂੰ ਵੀ ਉਹ ਮਿਹਨਤ ਕਰੇ, ਮਿਹਨਤ ਕਰਕੇ ਬਹੁਤ ਕੁਛ ਮਿਲਦਾ। ਸੱਚ ਬੋਲੋ, ਹਮੇਸ਼ਾ ਸਹੀ ਬੋਲੋ। ਵੈਸੇ ਭਾਜੀ ਜਿੱਦਾਂ ਹੁਣ ਗੱਲ ਕਰੀ, ਜਿੱਦਾਂ ਹੁਣ ਤੁਹਾਡੇ ਇੰਟਰਵਿਊਜ਼ ਵੀ ਦੇਖੀਆਂ ਰੀਸੈਂਟਲੀ ਜਿਹੜੀਆਂ ਤੁਸੀਂ ਤੁਹਾਡੀਆਂ ਆਈਆਂ, ਤੁਹਾਡਾ ਜਿਹੜਾ ਸੁਭਾਅ ਹੈ ਬੜਾ ਸਟ੍ਰੇਟ ਫਾਰਵਰਡ, ਇੱਕ ਨਜ਼ਰ ਸਟ੍ਰੇਟ ਫਾਰਵਰਡ ਜੀ ਐਟੀਚਿਊਡ ਕਹਿ ਲਓ, ਜਾਂ ਤੁਹਾਡਾ ਇੱਕ ਬੜਾ ਸਿੱਧਾ ਸਾਦਾ ਹਾਜ਼ਰ ਜਵਾਬ ਤਰੀਕਾ ਹੈ ਤੁਹਾਡਾ, ਇਹ ਕੀ ਤੁਹਾਡੇ ਨਾਨਾ ਜੀ ਤੋਂ, ਇਹ ਤੁਹਾਡੇ ਕੀ ਨਾਨਾ ਜੀ ਤੋਂ ਆਇਆ ਜਾਂ ਵਕਤ ਨੇ ਤੁਹਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ? ਭਾਜੀ ਵਕਤ, ਮੇਰਾ ਮੰਨਣਾ ਵੀ ਬਾਦਾਮ ਖਾ ਕੇ ਜਾਂ ਪ੍ਰੋਟੀਨ ਖਾ ਕੇ ਨਹੀਂ ਅਕਲ ਆਉਂਦੀ। ਬਿਲਕੁਲ। ਜੇ ਜਿਹੜਾ ਬੰਦਾ ਇਹ ਖਾਣ ਜੋਗਾ ਰਹਿ ਜਾਂਦਾ ਉਹਨੂੰ ਤਾਂ ਫਿਰ ਨੀਂਦ ਹੀ ਆਉਂਦੀ ਹੈ ਬਾਅਦ ਚ। ਉਹ ਬਿਲਕੁਲ ਕਿਸੇ ਨੂੰ, ਕਿਸੇ ਦੇ ਕੋਈ ਵੀ ਕੋਈ ਤੁਹਾਨੂੰ ਚੈਲੰਜ ਕਰਦਾ ਉਹਦੇ ਚੈਲੰਜ ਨੂੰ ਐਕਸੈਪਟ ਨਹੀਂ ਕਰ ਸਕਦਾ। ਹਾਂ, ਮੇਰਾ ਮੰਨਣਾ ਨਹੀਂ ਹੈ। ਮੈਂ ਜਿਹੜੀ ਗੱਲ ਕਹਿਣੀ ਆ ਕਹਿ ਦਿੰਦਾ, ਮੈਨੂੰ ਅਗਲਾ ਗੁੱਸਾ ਲੱਗੀ ਜਾਂਦਾ ਕਿਸੇ ਨੂੰ ਲੱਗੀ ਜਾਵੇ, ਮੈਂ ਜਿਹੜੀ ਗੱਲ ਕਹਿਣੀ ਆ ਮੈਂ ਕਹਿ ਕੇ ਰਹਿਣਾ ਉਹਨਾਂ ਵੀ ਇੱਥੇ ਭਾਈ ਤੂੰ ਗਲਤ ਹੈ, ਮੇਰੀ ਸੋਚ ਹੈ। ਕੀ ਬਾਤ ਹੈ। ਵੈਸੇ ਇੱਦਾਂ ਦੀ ਸੋਚ ਮੇਰੇ ਖਿਆਲ ਹਰੇਕ ਬੰਦੇ ਨੂੰ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ ਦਾ ਜ਼ਮਾਨਾ ਇੱਦਾਂ ਦਾ ਹੋ ਗਿਆ ਹੈ ਕਿ ਸੱਚ ਬੋਲਣਾ ਕਈਆਂ ਨੂੰ ਬੜੀ ਤਕਲੀਫ ਵੀ ਹੁੰਦੀ ਹੈ ਤੇ ਸੁਣਨਾ ਵੀ ਬੜਾ ਔਖਾ ਲੱਗਦਾ ਕਈਆਂ ਨੂੰ। ਮੇਰਾ ਮੰਨਣਾ ਬਾਈ ਜੀ ਇਹ ਆ ਵੀ ਜਦੋਂ ਆਪਾਂ ਕਿਸੇ ਨੂੰ ਵਡਿਆਈ ਦਿੰਨੇ ਆ ਬਿਨਾਂ ਗੱਲ ਤੋਂ ਵੀ ਤੂੰ ਤਾਂ ਯਾਰ ਬਾਹਲਾ ਵਧੀਆ, ਉਹ ਬੰਦਾ ਗੁਣੇ ਚ ਆ ਜਾਂਦਾ ਤੇ ਉਹ ਕਈ ਵਾਰੀ ਇਹੋ ਜਿਹੇ ਮਾੜੇ ਕੰਮ ਕਰ ਜਾਂਦਾ ਵੀ ਜਿਹੜਾ ਉਹਦੀ ਫੈਮਿਲੀ ਨੂੰ ਬਾਅਦ ਚ ਭੁਗਤਣਾ ਪੈਂਦਾ ਉਹਦੇ ਮਾੜੇ ਕੰਮ ਕੀਤੇ। ਬਿਲਕੁਲ ਬੇਸ਼ੱਕ। ਜੇ ਆਪ ਜੇ ਕਹਿੰਦੇ ਹੁੰਦੇ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਆ, ਜੇ ਆਪਾਂ ਬੰਦੇ ਨੂੰ ਉੱਥੇ ਕੁ ਰੱਖਾਂਗੇ ਲੈਵਲ ਤੇ ਵੀ ਭਾਈ ਤੇਰੇ ਚ ਆਹ ਕਮੀ ਆ, ਤੂੰ ਇਹ ਕੰਮ ਨਾ ਕਰ, ਇਹ ਤੇਰੇ ਲਈ ਵਧੀਆ ਨੀ, ਕੀ ਪਤਾ ਉਹਦੀ ਆਪਣੀ ਗੱਲ ਕਹੀ ਵੀ ਉਹਦੇ ਰੜਕ ਪੈ ਜਾਂਦਰ ਵੀ ਹਾਂ ਯਾਰ ਮੈਂ ਕੰਮ ਨੀ ਕਰਨਾ। ਬਿਲਕੁਲ ਬਿਲਕੁਲ। ਅੱਛਾ, ਤੁਹਾਡੇ ਤੁਹਾਡੇ ਨਾਲ ਵੀ ਅਸੀਂ ਕਰਾਂਗੇ ਮੁਲਾਕਾਤ ਵੈਸੇ, ਕਿਉਂਕਿ ਤੁਸੀਂ ਪ੍ਰੋਡਿਊਸ ਕੀਤਾ ਇਸ ਗੀਤ ਨੂੰ, ਤੁਹਾਡਾ ਵੀ ਥੋੜਾ ਜਿਹਾ ਰੋਲ ਬਣਦਾ ਹੈ ਗੱਲਾਂ ਬਾਤਾਂ ਕਰਨ ਦਾ ਵੈਸੇ, ਤੇ ਪ੍ਰੋਡਕਸ਼ਨ ਦੇ ਵਿੱਚ ਤੁਹਾਡਾ। ਕਹਿੰਦੇ ਵੀ ਜਿਹੜੀ ਡਿਊਟੀ ਸਾਡੇ ਮਹਾਰਾਜ ਨੇ ਲਾਈ ਹੈ ਜਾਂ ਮੇਰੇ ਘਰਦਿਆਂ ਨੇ ਡਿਊਟੀ ਲਾਈ ਸੀਗੀ, ਕਿਉਂਕਿ ਮੈਨੂੰ ਮਾਨਕ ਪਰਿਵਾਰ ਦੇ ਨਾਲ ਮੇਰਾ ਇੰਨਾ ਕੁ ਸਾਡਾ ਪਿਆਰ ਹੈ ਜੀ, ਕਿਉਂਕਿ ਮੇਰੇ ਮਦਰ ਦੇ ਨਾਲ ਮਾਨਕ ਸਾਹਿਬ ਨੇ ਬਹੁਤ ਗਾਇਆ, ਸਟੇਜਾਂ ਸਾਂਝੀਆਂ ਕੀਤੀਆਂ। ਬਿਲਕੁਲ ਮੇਰੀ ਮਾਸੀ ਜੀ ਦੇ ਨਾਲ, ਮੇਰੀ ਮਾਸੀ ਜੀ ਦੇ ਨਾਲ ਸਟੇਜਾਂ ਬਹੁਤ ਸਾਂਝੀਆਂ ਕੀਤੀਆਂ ਨੇ ਜੀ। ਮੈਨੂੰ ਗੁਰਤੀ, ਮੈਨੂੰ ਗੁਰਤੀ ਵੀ ਮਾਨਕ ਸਾਹਿਬ ਦੀ ਵਾਈਫ ਦੀ ਹੈ, ਸਰਬਜੀਤ ਭੂਆ ਦੀ। ਕੀ ਬਾਤ ਹੈ। ਤੇ ਮੇਰੇ ਮਨ ਚ ਹੁੰਦਾ ਸੀਗਾ ਵੀ ਮੈਂ ਵੀ ਮਾਨਕ ਅੰਕਲ ਦੀ ਆਵਾਜ਼ ਨੂੰ ਮੈਂ ਵੀ ਅੱਗੇ ਕੌਣ ਚਲਾਊਗਾ ਹਨਾ, ਤੇ ਮੈਨੂੰ ਕੋਈ ਦੇਖ ਨੀ ਰਿਹਾ ਸੀ ਤੇ ਮੈਨੂੰ ਅਚਾਨਕ ਹੀ, ਮੈਨੂੰ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਹਸਨ ਕਨੇਡਾ ਮਿਲਿਆ ਸੀ, ਕਨੇਡਾ ਇਹ ਸ਼ੋਅ ਲੈ ਕੇ ਸ਼ੋਅ ਤੇ ਗਿਆ ਸੀਗਾ, ਤੇ ਪਰ ਉਦੋਂ ਸਿਰਫ ਲੋਕਾਂ ਨੂੰ ਆਇਆ ਸੀ ਵੀ ਇੱਕ ਆਰਟਿਸਟ ਆਇਆ, ਲੋਕਾਂ ਨੂੰ ਇਹ ਨੀ ਪਤਾ ਸੀ ਵੀ ਇਹਦੇ ਵਿੱਚ ਗੁਣ ਕਿਸ ਚੀਜ਼ ਦਾ, ਤੇ ਸਾਨੂੰ ਉਹ ਚੀਜ਼ ਦਾ ਪਤਾ ਸੀ। ਤੇ ਫਿਰ ਮੈਂ 2 ਸਾਲ ਬਾਅਦ ਇਹਨੂੰ ਕਾਲ ਕੀਤੀ ਵੀ ਮਿੱਤਰਾ ਆ ਜਾ ਵੀ ਹੁਣ ਤੇਰਾ ਟਾਈਮ ਹੈ, ਤੇ ਹੁਣ ਲੋਕਾਂ ਨੂੰ ਮਾਨਕ ਸਾਹਿਬ ਚਾਹੀਦੇ ਨੇ। ਬਿਲਕੁਲ ਬਿਲਕੁਲ। ਤੇ ਫਿਰ ਲਿਆਤਾ ਜੀ ਤੁਹਾਡੇ ਮੂਹਰੇ ਰੂਬਰੂ ਕਰਤਾ, ਤੁਸੀਂ ਚੱਕ ਲਿਆ ਹੱਥਾਂ ਤੇ, ਤੁਸੀਂ ਪਿਆਰ ਦੇਤਾ, ਬਸ ਹੋਰ ਕਿਆ ਚਾਹੀਦਾ। ਦੇਖੋ ਜੀ ਅਸੀਂ ਤਾਂ ਇੰਨੇ ਹੈਰਾਨ ਹੋ ਗਏ ਕਿ ਜਦੋਂ ਅਸੀਂ ਵੀਡੀਓ ਦੇਖੀ ਅਸੀਂ ਤਾਂ ਏਦਾਂ ਲੱਗਿਆ ਕਿ ਮਾਨਕ ਸਾਹਿਬ ਫਿਰ ਵਾਪਸ ਆ ਗਏ ਉਸੀ ਫੁੱਲ ਫਾਰਮ ਉਹੀ ਐਨਰਜੀ ਦੇ ਨਾਲ, ਕਿਉਂਕਿ ਕੋਈ ਕੋਈ ਫਰਕ ਨੀ ਦਿਖਦਾ ਦੋਨਾਂ ਦੀ ਪਰਸਨੈਲਿਟੀ ਵਿੱਚੋਂ, ਜਿਸ ਤਰੀਕੇ ਦਾ ਇਹਦੀ ਆਵਾਜ਼ ਹੈ, ਪਰਸਨੈਲਿਟੀ ਹੈ, ਡਰੈਸਅਪ ਹੈ ਸਾਰਾ। ਉਹੀ ਹੈ ਨਾ ਜੀ, ਕਹਿੰਦੇ ਵੀ ਜਦੋਂ ਪਹਿਲਾ ਟਾਈਮ ਸੀਗਾ ਨਾ ਮਾਨਕ ਅੰਕਲ ਹੋਣਾ ਵਾਲਾ, ਸਾਡੇ ਮੋਮ ਹੋਣਾ ਵਾਲਾ, ਸਾਡੀ ਮਾਸੀਆਂ ਵਾਲਾ, ਉਹ ਟਾਈਮ ਦੇ ਵਿੱਚ ਜੀ ਤੁਹਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀ, ਤੁਸੀਂ ਆਪ ਹੀ ਬਹੁਤ ਸਿਆਣੇ ਸੀਗੇ ਤੇ ਤੁਸੀਂ ਬਹੁਤ ਤਰੀਕੇ ਨਾਲ ਚੱਲਦੇ ਸੀਗੇ। ਤੇ ਜਿਹੜਾ ਜਿਹੜਾ ਅੱਜ ਦਾ ਟਾਈਮ ਹੈ, ਅੱਜ ਦਾ ਟਾਈਮ ਦੇ ਵਿੱਚ ਸਿੰਗਰ ਦੇ ਪਿੱਛੇ ਦਿਮਾਗ ਹੋਣਾ ਬਹੁਤ ਜ਼ਰੂਰੀ ਹੈ, ਗਾਈਡੈਂਸ ਵਾਲਾ ਬੰਦਾ ਬਹੁਤ ਜ਼ਰੂਰੀ ਹੈ।
ਤੇ ਸਾਨੂੰ ਪਤਾ ਵੀ ਆਡੀਅੰਸ ਨੂੰ ਕੀ ਚਾਹੀਦਾ ਸਿੰਗਰ ਤੋਂ, ਤੇ ਅਸੀਂ ਉਹ ਚੀਜ਼ ਰੂਬਰੂ ਲੈ ਕੇ ਆਉਣੀ ਹੈ, ਕਿਉਂਕਿ ਹਾਂਜੀ ਉਹਦੇ ਹਾਂਜੀ ਵਿੱਚ ਕੀ ਅਸੀਂ ਮਾਨਕ ਸਾਹਿਬ ਦੀ ਛਵੀ ਨਹੀਂ ਖਰਾਬ ਕਰਨਾ ਚਾਹੁੰਦੇ ਵੀ ਕਿ ਅਸੀਂ ਅੱਜ ਦੇ ਹੁਣ ਐਵੇਂ ਮੈਂ ਕਹਿ ਦਿਆਂ ਵੀ ਮਾਣਕ ਪਿੱਛੇ ਲਾ ਕੇ ਕੋਈ ਮਾਣਕ ਨਹੀਂ ਬਣ ਜਾਂਦਾ। ਬਿਲਕੁਲ ਸੱਚੀ ਮਾਣਕ ਨੂੰ ਗੱਲ ਗਾਉਣ ਲਈ, ਮਾਣਕ ਨੂੰ ਗਾਉਣ ਲਈ ਜਿਗਰਾ ਚਾਹੀਦਾ, ਮਾਣਕ ਨੂੰ ਗਾਉਣ ਲਈ ਉਹ ਕਹਿੰਦੇ ਵੀ ਆਪਾਂ ਕਹਿੰਦੇ ਨਾ ਵੀ ਆ 52 ਫੁੱਟੀ ਚੌੜੀ ਛਾਤੀ ਵਾਲਾ ਬੰਦਾ ਘੈਂਟ ਬੰਦਾ, ਸਹੀ ਹੈ ਤੇ ਉਹ ਛਾਤੀ ਚ ਜ਼ੋਰ ਚਾਹੀਦਾ ਮਾਣਕ ਸਾਹਿਬ ਨੂੰ ਗਾਉਣ ਲਈ। ਇੱਥੇ ਮੈਂ ਕਈ ਦੇਖੇ ਆ ਵੀ ਸਿੰਗਰ ਮਾਣਕ ਸਾਹਿਬ ਪਿੱਛੇ ਲਾ ਕੇ ਤੇ ਕਲੱਬਾਂ ਦੇ ਵਿੱਚ ਨੱਚਦੇ ਫਿਰਦੇ, ਉਹਦਾ ਕੋਈ ਫਾਇਦਾ ਨਹੀਂ ਜੀ। ਉਹ ਮਾਣਕ ਕੋਈ ਸਾਹਿਬ ਫਾਇਦਾ ਲੋਕਾਂ ਦੇ, ਹਾਂ ਮਾਣਕ ਸਾਹਿਬ ਲੋਕਾਂ ਦੇ ਗਾਇਕ ਸੀਗੇ, ਲੋਕ ਗਾਇਕ ਸੀਗੇ ਤੇ ਲੋਕਾਂ ਲਈ ਉਹਨਾਂ ਨੇ ਗਾਇਆ, ਤੇ ਇਸ ਕਰਕੇ ਅਸੀਂ ਲੋਕਾਂ ਲਈ ਹੀ ਹਸਨ ਮਾਣਕ ਦਿੱਤਾ। ਵਾਹ ਜੀ ਵਾਹ, ਕੀ ਬਾਤ ਹੈ। ਤੇ ਆ ਰਹੇ ਹਾਂ ਤੁਹਾਡੇ ਯੂਕੇ, ਆ ਰਹੇ ਹਾਂ ਬਹੁਤ ਛੇਤੀ, ਬਸ ਦਿਆਂਗੇ ਅਨਾਉਂਸਮੈਂਟ ਬਹੁਤ ਛੇਤੀ, ਸਿਰਫ ਮੀਟਿੰਗਸ ਲਈ ਆ ਰਹੇ ਹਾਂ ਬਹੁਤ ਛੇਤੀ ਤੁਹਾਡੇ ਕੋਲ। ਅਸੀਂ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਦੇਖੋ ਜੀ ਕਿ ਪੰਜਾਬੀ ਫੋਕ ਨੂੰ ਬੜਾ ਪਸੰਦ ਕਰਦੇ, ਖਾਸ ਕਰਕੇ ਇੰਗਲੈਂਡ ਦੇ ਕਾਫੀ ਪੰਜਾਬੀ ਲੋਕ ਹਾਂਜੀ ਬਿਲਕੁਲ ਪੰਜਾਬੀ ਫੋਕ ਨੂੰ, ਪੰਜਾਬੀ ਜੋ ਵਿਰਸਾ ਹੈ ਕਲਚਰ ਉਹਨੂੰ ਬੜਾ ਪਸੰਦ ਕਰਦੇ ਆ, ਕਿਉਂਕਿ ਮਾਣਕ ਸਾਹਿਬ ਜਦੋਂ 80s 90s ਦੇ ਦੌਰਾਨ ਵੀ ਇੱਥੇ ਕਾਫੀ ਬੜਾ ਇੱਥੇ ਸ਼ੋ ਕਰ ਚੁੱਕੇ ਆ, ਹਾਂਜੀ ਹਾਂਜੀ ਤੇ ਕਾਫੀ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਜਦੋਂ ਉਹਨਾਂ ਨਾਲ ਲੈਂਦੇ ਆਪਾਂ, ਕਿਉਂਕਿ ਇੰਗਲੈਂਡ ਵਿੱਚ ਕਾਫੀ ਬਿਲਕੁਲ ਬਿਲਕੁਲ ਲੋਕਾਂ ਨੇ ਕਾਫੀ ਉਹਨਾਂ ਦੇ ਲਾਈਵ ਪ੍ਰੋਗਰਾਮ ਦੇਖੇ ਆ। ਹਾਂਜੀ ਹਾਂਜੀ ਨਹੀਂ ਅਸੀਂ ਦੇ ਰਹੇ ਹਾਂ, ਸਾਨੂੰ ਯੂਕੇ ਵਾਲੇ ਜਿੰਨੇ ਵੀ ਮਿਊਜ਼ਿਕ ਪ੍ਰੋਡਿਊਸਰਸ ਨੇ ਜੀ ਬਹੁਤ ਪਿਆਰ ਦਿੱਤਾ ਉਹਨਾਂ ਨੇ, ਪ੍ਰਮੋਟਰਸ ਨੇ ਬਹੁਤ ਪਿਆਰ ਦਿੱਤਾ, ਤੇ ਸਗੋਂ ਅਸੀਂ 26 ਤਰੀਕ ਨੂੰ ਇੰਡੀਆ ਦੀ ਜਿਹੜੀ ਆਪਣੀ 26 ਤਰੀਕ ਆਉਣੀ ਹੈ ਉਹ 26 ਤਰੀਕ ਨੂੰ ਅਸੀਂ ਬਹੁਤ ਵਧੀਆ ਤੁਹਾਡੇ ਯੂਕੇ ਦੇ ਜਿਹੜੇ ਵੱਡੇ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਦੇ ਨਾਲ ਅਨਾਉਂਸਮੈਂਟ ਦੇਣ ਜਾ ਰਹੇ ਹਾਂ ਸਾਡੇ ਵਾਹ ਜੀ ਅਫੀਸ਼ਲੀ ਇੰਡੀ ਬਲਿੰਕ ਪ੍ਰੋਡਕਸ਼ਨ ਤੇ ਅਫੀਸ਼ਲੀ ਯੂਟਿਊਬ ਚੈਨਲ ਦੇ ਉੱਤੇ ਤੇ ਪੇਜਾਂ ਦੇ ਉੱਤੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸਾਰੀ ਅਨਾਉਂਸਮੈਂਟ ਆਊਗੀ। ਬਸ ਤੁਸੀਂ ਪਿਆਰ ਕਰਦੇ ਰਹੋ, ਤੁਸੀਂ ਇੰਨਾ ਕੁ ਪਿਆਰ ਦਿਓ ਹਸਨ ਮਾਣਕ ਨੂੰ ਵੀ ਤੁਹਾਡੇ ਦਿਲਾਂ ਦੇ ਵਿੱਚ ਘਰ ਕਰ ਜੇ ਬੰਦਾ। ਬਿਲਕੁਲ ਜੀ ਬਿਲਕੁਲ, ਕੋਈ ਇੱਥੇ ਦੋ ਰਾਏ ਨਹੀਂ ਹੈ, ਕੋਈ ਇਹਦੇ ਵਿੱਚ ਹੈ ਨਹੀਂ ਸ਼ੱਕ, ਕਿਉਂਕਿ ਮਾਣਕ ਸਾਹਿਬ ਹਸਨ ਮਾਣਕ ਹੁਣਾਂ ਨੇ ਜੋ ਗੀਤ ਇਹ ਲੈ ਕੇ ਆਏ ਆ, ਬਾਕੀ ਲੋਕਾਂ ਦੇ ਵਿੱਚ ਇੱਕ ਇਹ ਪੈਦਾ ਕਰਤਾ ਹੈ ਕਿ ਯਾਰ ਹੁਣ ਅਸਲੀ ਗਾਇਕ ਆ ਗਿਆ, ਹੁਣ ਮੂਹਰੇ ਜਿਹੜਾ ਇੰਤਜ਼ਾਮ ਸੀ ਨਾ। ਹਾਂਜੀ ਕਿਉਂਕਿ ਗੱਲ ਇਹ ਆ ਨਾ, ਦੇਖੋ ਇੰਡਸਟਰੀ ਜਿਹੜੇ ਵੇ ਦੇ ਨਾਲ ਚੱਲ ਰਹੀ ਹੈ, ਇੰਡਸਟਰੀ ਜਿਹੜੇ ਇਸ ਟਾਈਮ ਦੌਰ ਚੋਂ ਨਿਕਲ ਰਹੀ ਆ ਉਹ ਦੌਰ ਬਹੁਤ ਮਾੜਾ ਹੈ ਇੰਡਸਟਰੀ, ਬਿਲਕੁਲ ਠੀਕ ਹੈ ਜੀ। ਤੇ ਉਦੋਂ ਜਦੋਂ ਮਾਣਕ ਅੰਕਲ ਉਹਨਾਂ ਦਾ ਟਾਈਮ ਸੀਗਾ ਉਹਨਾਂ ਨੇ ਗਾਇਆ ਸੀ ਲੋਕਾਂ ਲਈ, ਮੀਨਸ ਜੇ ਉਹਨਾਂ ਨੇ ਲੋਕਾਂ ਦੀ ਆਪਸੀ ਜਿਹੜੀਆਂ ਪਿੰਡ ਦੇ ਵਿੱਚ ਆਪਣੀਆਂ ਗੱਲਾਂ ਹੁੰਦੀਆਂ ਸੀ, ਜੇ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਬਹੀਏ, ਜੇ ਇਹੋ ਜਿਹੇ ਵਾਹ ਗਾਣੇ ਸੀਗੇ ਤੇ ਉਹ ਇੱਕ ਮਰਦਾਂ ਵਾਲੀ ਤੇ ਅਣਖ ਵਾਲੀ ਗੱਲ ਸੀਗੀ ਵੀ ਹਾਂ ਯਾਰ ਵੀ ਜੇ ਬਿਲਕੁਲ ਕਿਸੇ ਦੁਸ਼ਮਣ ਨਾਲ ਵੀ ਮੱਥਾ ਲਾਉਣਾ ਤੇ ਆਪਾਂ ਕਿਸੇ ਢੰਗ ਨਾਲ ਲਾਈਏ, ਤੇ ਜੇ ਉਹਨਾਂ ਨੇ ਕੋਈ ਸਹੀ ਗੋਲੀ ਮਾਰੋ ਇਹੋ ਜਿਹੇ ਬਨੌਟੀ ਯਾਰ ਦੇ ਹਨਾ, ਤੇ ਉਹ ਵੀ ਉਹਨਾਂ ਪਿੰਡਾਂ ਵਾਲੀ ਗੱਲ ਹੈ ਜੀ, ਲੋਕਾਂ ਦੀ ਆਮ ਗੱਲ ਹੈ ਵੀ ਜਿਹੜੇ ਯਾਰ ਆਪਣੇ ਪਿੱਠ ਪਿੱਛੇ ਗੱਲਾਂ ਹੋਰ ਕਰ ਜਾਂਦੇ ਉਹ ਕਹਿੰਦੇ ਬਨੌਟੀ ਯਾਰ ਉਹਨਾਂ ਨੂੰ ਕਹਿੰਦੇ ਆ ਵੀ ਜਿਹਨਾਂ ਦਾ ਕੰਮ ਨਹੀਂ ਕੋਈ, ਤੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਸੀਗਾ ਜੀ, ਸੋ ਇੱਕ ਮਾਂ ਦੀ ਗੱਲ ਕਰੀ ਹੈ, ਫਿਰ ਉਹਨਾਂ ਨੇ ਜੇ ਇੱਛਰਾ ਤਾਂ ਹਾਂ ਮਾਰਦੀ, ਸੋ ਉਹ ਵੀ ਲੋਕ ਤੱਤ ਹੈ ਠੀਕ ਹੈ ਜੀ, ਸੁੱਚਾ ਬਿਲਕੁਲ ਕਿੰਨੇ ਗਾਣੇ ਗਾਏ ਨੇ ਜੀ, ਸੋ ਜੋਣਾ ਮੋੜ, ਸੋ ਮਤਲਬ ਇਹ ਚੀਜ਼ ਲੋਕਾਂ ਲਈ ਗਾਇਆ, ਸੋ ਅੱਜ ਦੇ ਜਿਹੜੇ ਸਿੰਗਰ ਨੇ ਆਪਣੇ ਉਹ ਗਾਉਂਦੇ ਨੇ ਜੀ ਵੀ ਇੱਧਰ ਸੀਸੀਡੀ ਵਾਲੇ ਕਾਫੀ ਤੇ ਮੇਜ਼ ਤੇ ਮਿਲਾਂਗੇ ਤੇ ਆਪਾਂ ਬਰਿਸਟਾ ਜਾ ਕੇ ਆਪਣੀ ਕਾਫੀ ਮੁਕਾ ਦੇਾਂਗੇ, ਤੇ ਬਿਲਕੁਲ ਬਿਲਕੁਲ ਹੋਰ ਕੁਲਚੇ ਮਿਲਦੇ ਆ ਤੇ ਬਣਾਣੀ ਗੱਡੀ 'ਚ ਬਹਿ ਕੇ ਤੇ ਆਪਾਂ ਜਾ ਕੇ ਬ੍ਰਿਜ ਲੰਡਨ ਬ੍ਰਿਜ ਦੇ ਉੱਤੇ ਜਾ ਕੇ ਆਪਾਂ ਫਿਰ ਕਾਫੀ ਪੀਲਾਂਗੇ। ਦੇਖੋ ਜੀ ਐਨਲਿਸਿਸ ਬੜਾ ਕਮਾਲ ਦਾ ਕੀਤਾ ਇੱਥੇ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਗੀਤ ਆ ਵੀ ਰਹੇ ਆ ਉਹ ਇਹੀ ਹਾਂਜੀ ਸਮਝੋ ਹਾਂਜੀ ਕਿ ਆਏ ਵੀ ਤੇ ਚਲੇ ਵੀ ਗਏ, ਹਨਾ। ਇੱਕ ਦੋ ਦਿਨ ਉਹਦੇ ਬੱਲੇ ਬੱਲੇ ਹੁੰਦੀ ਆ, ਓਵਰ ਹਾਈਪ ਹੁੰਦਾ ਆ ਸੋਸ਼ਲ ਮੀਡੀਆ ਤੇ ਸਡਨਲੀ ਖਤਮ ਕਹਾਣੀ। ਮੈਂ ਜੀ ਤੁਹਾਨੂੰ ਦੱਸਦਾ ਵੀ ਮੇਰੇ ਮੋਮ ਅੱਜ ਮੇਰੇ ਮੋਮ ਨੂੰ ਇੰਟਰਵਿਊ ਦੇ ਵਿੱਚ ਮਤਲਬ ਵੀ ਉਹਨਾਂ ਦਾ 55 ਨਹੀਂ ਸੋਰੀ 40 ਸਾਲ ਦਾ ਸਫ਼ਰ ਹੈ ਜੀ, ਮੇਰੀ ਮਾਸੀ ਜੀ ਦਾ 45 ਸਾਲ ਦਾ ਸਫ਼ਰ ਹੈ ਜੀ ਇੰਡਸਟਰੀ ਚ ਅੱਜ ਤੱਕ ਦਾ ਠੀਕ ਹੈ ਜੀ। ਅੱਜ ਵੀ ਤੁਸੀਂ ਗੱਲ ਕਰੋ ਜੀ ਹਾਂ ਜੀ ਘੱਗਰੇ ਦੀ ਲਾਉਣ ਭਿੱਜ ਗਈ ਹਾਂ ਤੇ ਸਭ ਨੂੰ ਯਾਦ ਹੈ ਦਿਦਾਰ ਸੰਧੂ ਬਿਲਕੁਲ ਕੁਲਦੀਪ ਕੌਰ, ਬਿਲਕੁਲ ਤੇ ਜੇ ਅੱਜ ਤੁਸੀਂ ਗੱਲ ਕਰੋ ਜੀ ਯਾਰ ਦਾ ਚੌਥਾ ਗੇੜਾ ਮਾਨਕ ਸਾਹਿਬ ਕੁਲਦੀਪ ਕੌਰ ਵਾਹ ਠੀਕ ਹੈ ਜੀ, ਤੇ ਘੁੰਡ ਚੱਕ ਗੋਰੀਏ ਸਲੂਟ ਮਾਰਦੇ ਨੀ ਚੱਲੇ ਭੌਰ ਪਰਦੇਸੀ ਸੁਰਿੰਦਰ ਛਿੰਦਾ ਕੁਲਦੀਪ ਕੌਰ,
ਬਿਲਕੁਲ ਬਿਲਕੁਲ ਤੇ ਜੇ ਮੈਂ ਆਪਣੇ ਮੋਮ ਦੀ ਗੱਲ ਕਰਾਂ ਜੀ, ਬਾਪੂ ਦਾ ਖੁੰਡਾ ਕੱਢ ਦੂ ਤੇਰੀਆਂ ਰੜਕਾਂ, ਰੰਨ ਬੋਤਲ ਅਰਗੀ ਚੱਕ ਲੋ ਰੱਬ ਦਾ ਨਾਂ ਲੈ ਕੇ, ਕਰਤਾਰ ਉਮਲਾ ਸੁਖਵੰਤ ਸੁਖੀ। ਵਾਹ ਜੀ ਵਾਹ। ਮੈਂ ਮਾਹੀ ਮਾਹੀ ਕਹਿੰਦੀ ਤੀ ਜਵਾਨ ਸੁੱਕ ਗਈ, ਬੋਲ ਭਾਬੀ ਨੀ ਬੋਲੀ ਪਾਵਾਂਗੇ, ਨਾ ਦਦਾਰ ਸੰਧੂ ਸੁਖਵੰਤ ਸੁਖੀ। ਵਾਹ ਰੇ ਵਾਹ, ਬਹੁਤ ਤੇ ਮਤਲਬ ਵੀ ਸਾਡੇ ਅੱਜ ਮੈਂ ਕਈ ਵਾਰ ਲੋਕ ਜਿਹੜੇ ਆਪਣੇ ਸਿੰਗਰ ਨੇ ਨਾ ਸਟੇਜਾਂ ਦੇ ਉੱਤੇ ਜਦੋਂ ਗਾਉਂਦੇ, ਮੈਂ ਮੂਹਰੇ ਬੈਠਾ ਹੁੰਦਾ ਤੇ ਉਹ ਰਲੇ ਮਿਲਵੇਂ ਗੀਤਾਂ ਦੇ ਵਿੱਚੋਂ ਜਾ ਕਹਿੰਦੇ, ਕਹਿੰਦੇ ਉਹ ਗਾਣਾ ਗਾਉਂਦੇ ਹੁੰਦੇ ਨੇ, ਆਉਂਦਾ ਸੀ 85ਾਂ ਤੇ ਛੱਡੀ ਨਹੀਂ ਗੋਰੇ ਰੰਗ ਨੇ ਰਗੜਤਾ, ਮਾਰਲੀ ਟਾਲੀ ਦੇ ਵਿੱਚ ਗੱਡੀ ਨਹੀਂ ਨੀ ਹਾਏ ਗੋਰੇ ਰੰਗ ਨੇ ਰਗੜਤਾ, ਰਮਲਾ ਸਾਹਿਬ ਦੇ ਹਾਏ, ਨਾਲ ਮੇਰੇ ਮੋਮ ਨੇ ਗਾਇਆ। ਤੇ ਵਾਹ ਜੀ ਉਹ ਵਾਹ, ਮਤਲਬ ਉਹ ਚੀਜ਼ਾਂ ਸਾਨੂੰ ਹੁੰਦੀਆਂ ਵੀ ਲੋਕੀ ਹਜੇ ਤੱਕ 40 ਸਾਲ ਦਾ ਸਫ਼ਰ ਹੈ ਜਿਹੜਾ ਜੀ, ਉਹ ਹਜੇ ਵੀ ਲੋਕਾਂ ਦੇ ਦਿਲਾਂ 'ਚ ਉਹ ਗਾਣੇ ਵਸੇ ਹੋਏ ਨੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਕਿਉਂਕਿ ਅੱਜ ਉਹ ਵੈਸੇ ਅੱਜ ਵੀ ਗਾਣਾ ਉਸ ਟਾਈਮ ਆਉਂਦਾ ਦੀ ਜਿਸ ਜਿਹੜੇ, ਦਿਨ ਆਪਾਂ ਉਸ ਯਾਦ ਟਾਈਮ ਦੇ, ਕਿਉਂਕਿ ਉਸ ਟਾਈਮ ਦੇ ਗਾਣੇ ਵੀ ਵੈਸੇ ਵੀ ਇੱਕ ਨਾ ਕੋਈ ਇੱਕ ਪਰਸਨਲ ਅਟੈਚਮੈਂਟ ਵੀ ਹੁੰਦੀ ਸੀਗੀ, ਹੈ ਨਾ। ਹਾਂਜੀ ਬਿਲਕੁਲ ਜੀ ਬਿਲਕੁਲ। ਜਦੋਂ ਹੁਣ ਇੱਕ ਮੇਰੇ ਮੋਮ ਦਾ ਗਾਣਾ ਸੀਗਾ ਜੀ, ਮੈਨੂੰ ਬਹੁਤ ਜ਼ਿਆਦਾ ਪਸੰਦ ਹੈ, ਉਹ ਸੀਗਾ ਉਹ ਠੇਕੇ ਤੋਂ ਲੈ ਲਿਆ ਅਧੀਆ ਦਾਰੂ ਸੀ ਪੂਰੀ ਵਧੀਆ, ਤੇਰੇ ਪਿੰਡ ਪੈ ਗਿਆ ਕਜੀ ਮਾਰ ਬੈਠਾ ਧੱਕੇ ਆ ਕੇ ਤੇਰੇ ਬਾਰ ਨੂੰ, ਹਾਏ ਨੀ ਤੇਰੇ ਬਾਰ ਨੂੰ, ਡਾਂਗਾ ਨਾਲ ਜੱਟੀਏ ਕਟਾਤਾ ਯਾਰ ਨੂੰ ਨੀ, ਡਾਂਗਾ ਵਾਹ ਨਾਲ ਮਿੱਠੀਏ ਕਟਾਤਾ ਯਾਰ ਨੂੰ। ਮਤਲਬ ਜੀ ਉਹ ਵਾਹ, ਗਾਣੇ ਜਿਹੜੇ ਸੀ ਨਾ, ਉਹ ਗਾਣੇ ਬਾਈ ਜੀ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ। ਬਿਲਕੁਲ ਬੇਸ਼ੱਕ ਬਿਲਕੁਲ। ਹੁਣ ਦਦਾਰ ਅੰਕਲ ਦੇ ਜੇ ਆਪਾਂ ਗੱਲ ਕਰੀਏ, ਦਦਾਰ ਅੰਕਲ ਦੀ ਗੱਲ ਕਰ ਲਈਏ, ਮਾਸੀ ਹੁਣਾਂ ਦੀ ਗੱਲ ਕਰ ਲਈਏ, ਉਹ ਸੀਗਾ ਨੀ ਤੇਰੇ ਘੱਗਰੇ ਦੀ ਨੀ ਲਾਉਣ ਭਿੱਜਗੀ, ਘੱਗਰੇ ਦੀ ਵਾਹ ਨੀ ਲਾਉਣ ਭਿੱਜਗੀ, ਗੋਰਾ ਚਿੱਟਾ ਰੰਗ ਤੇਰਾ ਝੂਟੇ ਖਾਂਦਾ ਲੱਕ ਤੇਰਾ, ਪਟ ਪਟ ਪਾਣੀ ਆਇਆ ਪੰਘਿਆ ਵਦੇਰਾ, ਤੇਰੇ ਘੱਗਰੇ ਦੀ ਨੀ ਲਾਉਣ ਭਿੱਜਗੀ। ਮਤਲਬ ਉਹ ਬਿਲਕੁਲ ਲੋਕਾਂ ਦੇ ਦਿਲਾਂ 'ਚ ਬਣੀ ਹੋਈ ਹੈ ਜੀ ਗੱਲ। ਜੀ ਬਿਲਕੁਲ। ਪਰ ਜੇ ਦੇਖਿਆ ਜਾਵੇ ਕਿ ਜਦੋਂ ਅੱਜ ਦਾ ਦੌਰ, ਖਾਸ ਕਰਕੇ ਜਦੋਂ ਪੁਰਾਣੇ ਗੀਤਾਂ ਨੂੰ ਰੀਮੇਕ ਵੀ ਕਰਦੇ ਆ ਕਈ, ਹਾਂਜੀ ਹਾਂਜੀ ਉਨਾ ਵੀ ਜ਼ਿਆਦਾ ਵਧੀਆ ਨਹੀਂ ਨਿਕਲਦਾ ਜੋ ਪ੍ਰੋਡਕਟ ਓਰਿਜਿਨਲ ਹੈਗਾ, ਹੈ ਨਾ। ਅੱਜ ਜਿੱਦਾਂ ਹੁਣ ਆ ਤੁਸੀਂ ਗੀਤ ਤੁਸੀਂ ਮੈਂ ਜ਼ਿਕਰ ਕੀਤਾ। ਤੁਸੀਂ ਨਾ ਜਦੋਂ ਤੁਸੀਂ ਰਾਤ ਨੂੰ ਕਿਤੇ ਤੁਸੀਂ ਡਰਾਈਵ ਤੇ ਜਾਵੋ ਨਾ, ਜਦੋਂ ਕਿਤੇ ਲੌਂਗ ਡਰਾਈਵ ਤੇ ਜਾਵੋ, ਲੌਂਗ ਡਰਾਈਵ ਤੇ ਤੁਸੀਂ ਪੁਰਾਣੇ ਗਾਣੇ ਕੱਢ ਲਿਓ, ਉਹਨਾਂ ਦੇ ਬਿਲਕੁਲ ਵਿੱਚ ਕਿੰਨੇ ਸਾਜ਼ ਸੀਗੇ, ਢੋਲਕ, ਤਬਲਾ, ਘੜਾ, ਹਾਰਮੋਨੀਅਮ, ਠੀਕ ਬਿਲਕੁਲ ਹੈ ਜੀ, ਤੇ ਵੱਧ ਤੋਂ ਵੱਧ ਬਾਈ ਜੀ ਖੰਜਰੀ ਖੰਜਰੀ ਹੁੰਦੀ ਸੀ। ਬਿਲਕੁਲ ਜੀ ਹੁਣ ਤੁਸੀਂ ਉਹ ਚੀਜ਼ ਸੁਣ ਕੇ ਜਾਓਗੇ, ਤੁਹਾਨੂੰ ਬਹੁਤ ਜ਼ਿਆਦਾ ਰਿਲੈਕਸ ਫੀਲ ਹੋਊਗਾ ਤੇ ਤੁਹਾਨੂੰ ਉਹ ਚੀਜ਼ਾਂ ਸਮਝ ਆਉਣਗੀਆਂ। ਬਿਲਕੁਲ ਬਿਲਕੁਲ ਅੱਜ ਕਰਾਂ ਵੀ ਮੈਨੂੰ 27 ਅੰਤਰੇ ਤੋਂ ਬਾਅਦ, ਮੈਂ ਉਸ ਤੋਂ ਬਾਅਦ ਦੂਜਾ ਅੰਤਰਾ ਨਹੀਂ ਸੁਣ ਸਕਦਾ, ਮੈਨੂੰ ਆਉਂਦਾ ਯਾਰ ਬਦਲੋ। ਬਿਲਕੁਲ ਚਮਕੀਲਾ ਜੀ ਦੇ ਤੁਸੀਂ ਅੱਜ ਗਾਣੇ ਕੱਢ ਲਓ, ਤੁਹਾਨੂੰ ਸਾਰੇ ਦੇਖਣਗੇ। ਚਮਕੀਲਾ ਜੀ ਦਾ ਬੇਟਾ ਮੇਰੇ ਨਾਲ 2 ਸਾਲ ਮੈਂ ਉਹਨੂੰ ਸਾਈਨ ਕੀਤਾ ਰਿਹਾ, ਅਸੀਂ ਇੱਕ ਫਿਲਮ ਵੀ ਆ ਰਹੀ ਹੈ, ਸਾਡੇ ਬ੍ਰਦਰ ਹਰਪ੍ਰੀਤ ਨਾਭਾ ਜੀ ਨੇ ਉਹਨਾਂ ਨੇ ਫਿਲਮ ਕੀਤੀ ਹੈ, ਮੁਮਤਾਜ਼ ਅਲੀ ਦੇ ਨਾਲ ਆ ਰਹੀ ਹੈ ਜੀ, ਜੋ ਚਮਕੀਲਾ ਜੀ ਦੇ ਉੱਤੇ ਬਣ ਰਹੀ ਹੈ। ਬਿਲਕੁਲ ਤੇ ਬਿਲਕੁਲ ਹਾਂਜੀ ਉਹ ਮੈਂ ਉਹ ਫਿਲਮ ਦਾ ਮੈਂ ਵੀ ਹੈਗਾ ਨਾਲ ਹਰਪ੍ਰੀਤ ਦੇ ਨਾਲ, ਤੇ ਉਹ ਤੁਸੀਂ ਵੇਖੋ ਵੀ ਮੁਮਤਾਜ਼ ਅਲੀ ਜੀ ਆਪ ਖੁਦ ਇੰਨੇ ਇੰਟਰਸਟਿਡ ਸੀਗੇ ਵੀ ਮੈਂ ਉਹ ਫਿਲਮ ਕਰਨ, ਸੋ ਕਿੰਨੇ ਵੱਡੇ ਬਾਲੀਵੁੱਡ ਦੇ ਉਹ ਡਾਇਰੈਕਟਰ ਨੇ। ਬਿਲਕੁਲ ਬਿਲਕੁਲ ਐਬਸੋਲੂਟਲੀ ਬਿਲਕੁਲ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ ਹਾਂਜੀ, ਮਤਲਬ ਉਹ ਇਹ ਚੀਜ਼ਾਂ ਜੀ, ਪੁਰਾਣੇ ਜਿਹੜੇ ਸਿੰਗਰ ਨੇ ਨਾ, ਇਹਨਾਂ ਨੇ ਆਪਣਾ ਟਾਈਮ ਕੱਢਿਆ ਆ, ਆਪਣੀ ਇੰਡਸਟਰੀ ਨੂੰ ਟਾਈਮ ਦਿੱਤਾ, ਆਪਣੀ ਜ਼ਿੰਦਗੀਆਂ ਦਿੱਤੀਆਂ ਨੇ, ਤੇ ਉਹ ਲੋਕੀ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ। ਬਿਲਕੁਲ 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 ਸਹੀ ਗੱਲ ਹੈ, ਹਾਂਜੀ ਕਿਉਂਕਿ ਦੇਖੋ ਜੀ ਉਹਦਾ ਤੇ ਖਜ਼ਾਨਾ ਇੰਨਾ ਬਸ ਜ਼ਿਆਦਾ ਹੈ ਇੰਨਾ ਕਿ ਹੀ ਆ, ਅਜੇ ਬਸ ਵੀ ਤੁਸੀਂ ਲੋਕ ਪਿਆਰ ਉਸਨੂੰ ਦਿਓ, ਭੁੱਲਦੇ। ਬਸ ਤੁਸੀਂ ਹਸਨ ਨੂੰ ਪਿਆਰ ਦਿਓ। ਬਿਲਕੁਲ ਅੱਛਾ, ਤੇ ਫਰਮੈਸ਼ ਵੀ ਇੱਕ ਦੋ ਆਈਆਂ ਨੇ ਮਾਣਕ ਸਾਹਿਬ ਤੋਂ, ਇੱਕ ਵਾਰੀ ਉਹਨਾਂ ਨਾਲ ਵੀ ਰੂਬਰੂ ਕਰਾਓ, ਇੱਕ ਦੋ ਗੀਤ ਵੀ ਉਹਨਾਂ ਤੋਂ ਸੁਣ ਲਈਏ ਆਪਾਂ। ਹੈਲੋ ਹੈਲੋ, ਨੈਟਵਰਕ ਦੀ ਪ੍ਰੋਬਲਮ ਜ਼ਿਆਦੀ ਹੈ ਨਾ। ਕੁਝ ਜ਼ਿਆਦਾ ਹੀ ਪ੍ਰੋਬਲਮ ਲੱਗਦੀ, ਅੰਬਾਨੀ ਹੋਣਾ ਨੂੰ ਕਹੋ ਆ ਕੇ ਠੀਕ ਕਰਨ। ਹਾਂਜੀ ਹਾਂਜੀ ਉਹ ਭਾਜੀ, ਨੈਟਵਰਕ ਦੀ ਪ੍ਰੋਬਲਮ ਮੈਨੂੰ ਹਾਂਜੀ ਲੱਗਦਾ ਹਾਂਜੀ ਆਉਂਦੀ ਹੈ ਜ਼ਿਆਦੀ। ਹਾਂ 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 ਹਾਂ
ਤੇ ਕੁਝ ਫਰਮਾਇਸ਼ਾਂ ਵੀ ਆਈਆਂ ਹੈ ਮਾਣਕ ਸਾਹਿਬ ਕੋਲੋਂ, ਇੱਕ ਦੋ ਗੀਤ ਵੀ ਸੁਣ ਲਈਏ ਆਪਾਂ ਹਾਂਜੀ ਕਿਉਂਕਿ। ਹਾਂਜੀ ਮਾਣਕ ਸਾਹਿਬ ਜੀ ਇੱਕ ਦੋ ਫਰਮਾਇਸ਼ਾਂ ਆਈਆਂ ਬੜੀਆਂ ਕਮਾਲ ਦੀਆਂ। ਹਾਂਜੀ ਫਰਮਾਇਸ਼ ਇੱਕ ਦੋ ਆਈ ਓ ਆ। ਅੱਛਾ ਕਈਆਂ ਦੇ ਨਾਂ ਵੀ ਅਸੀਂ ਲੈ ਲਈਏ, ਗੁਰਵੀਰ ਸਰੋਆ, ਬਿੱਟੂ ਚੰਡੀਗੜ੍ਹ ਕਹਿੰਦੇ ਹਸਨ ਬਾਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਜਿਉਂਦੇ ਰਹੋ। ਤੇ ਹੋਰ ਜੀ ਅੱਛਾ ਅੱਛੀ ਫਰਮਾਇਸ਼ ਆਈ ਹੈ ਬੜੀ ਕਮਾਲ ਦੀ ਭਾਜੀ, ਬਲੌਟੀ ਯਾਰ ਦੀਆਂ ਦੋ ਕਲੈਣਾਂ ਸੁਣਾ ਦਿਓ ਕਹਿੰਦੇ। ਹਾਂਜੀ ਹਾਂਜੀ ਜ਼ਰੂਰ। ਹਾਂ ਜੀ ਹੋ ਇੱਕੋ ਪਿੰਡ ਪਲੇ ਖੇਡੇ ਵਿੱਚ ਸੱਥ ਦੇ, ਇੱਕ ਨੂੰ ਕੁੱਕਰ ਦੂਜਾ ਸੁੱਚਾ ਦੱਸ ਦੇ, ਹੋ ਯਾਰ ਹੋ ਹਾਂ ਕੇ ਪਿੱਛੇ ਜੁੱਤ ਕਾਉਂਦਾ ਯਾਰ ਦੇ, ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦੇ, ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦੇ। ਹਾਏ ਕਿਆ ਬਾਤ ਹੈ, ਕਿਆ ਬਾਤ ਹੈ, ਵਾਹ। ਦੇਖੋ ਜੀ ਇਹ ਜਿਹੜਾ ਗਾਇਕੀ ਆ, ਇਹ ਜਿਹੜਾ ਗੀਤ ਹੈ, ਸਵਾਦ ਹੀ ਆ ਜਾਂਦਾ ਵੈਸੇ ਜਦੋਂ ਕੋਈ ਨਾ ਜਦੋਂ ਵੀ ਇਹ ਗੀਤ ਸੁਣੀਦਾ ਆਪਾਂ, ਬਾਕੀ ਜਿੱਦਾਂ ਨਾ ਬੰਦੇ ਚ ਇੱਕ ਐਨਰਜੀ ਜਿਹੀ ਆ ਜਾਂਦੀ ਹੈ। ਹਾਂਜੀ ਹਾਂਜੀ ਸੋ ਬੜਾ ਕਮਾਲ ਦਾ ਇਹ ਫਰਮਾਇਸ਼ ਕੀਤੀ ਸੀਗੀ ਜੀ। ਨਾਂ ਬੜੇ ਆ ਰਹੇ ਆ ਜੀ, ਪ੍ਰਭ ਸਿੰਘ ਹੁਣਾਂ ਨੇ ਇਹ ਗੀਤ ਦੀ ਫਰਮਾਇਸ਼ ਕੀਤੀ, ਬਹੁਤ ਬਹੁਤ ਧੰਨਵਾਦ। ਵਾਹ ਜੀ ਵਾਹ, ਮਿਹਰਬਾਨੀ ਮਿਹਰਬਾਨੀ। ਸੋ ਮਾਨਕ ਸਾਹਿਬ ਜੀ ਗੱਲ ਕਰੀਏ, ਤੁਹਾਡਾ ਜਿਹੜਾ ਗੀਤ ਹੈ ਇਹ ਬੜਾ ਪਿਆਰ ਮਿਲ ਰਿਹਾ ਇਸ ਗੀਤ ਨੂੰ, ਤਮਾਮ ਦੁਨੀਆ ਦੇ ਸਾਰੇ ਪੰਜਾਬੀ ਇਸ ਗੀਤ ਨੂੰ ਪਸੰਦ ਕਰ ਰਹੇ ਹੈ। ਹਾਂਜੀ ਥੋੜਾ ਜਿਹਾ ਸਾਨੂੰ ਦੱਸੋ ਕਿ ਆਉਣ ਵਾਲੇ ਸਮਿਆਂ 'ਚ ਹੋਰ ਕਿਹੜੇ ਪ੍ਰੋਜੈਕਟ ਚੱਲ ਰਹੇ ਹੈ ਤੁਹਾਡੇ, ਇਹ ਵੀ ਥੋੜਾ ਬਹੁਤ ਸਾਨੂੰ ਦੱਸੋ, ਕਿਉਂਕਿ ਹੁਣ ਇਸ ਵਕਤ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੈ, ਕਿਉਂਕਿ ਮਾਨਕ ਸਾਹਿਬ ਇੱਕ ਵਾਰੀ ਫਿਰ ਆ ਗਏ ਹੈ ਤੇ ਹੁਣ ਆਈ 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 ਪੰਜਾਬੀਆਂ ਦੇ ਵਿੱਚ ਹੁਣ ਜਿਉਂਦੇ ਇਹ ਰਹੋ। ਜਿੱਦਾਂ ਨਾ ਹੁਣ ਐ ਹੁਣ ਪੰਜਾਬੀਆਂ ਦੇ ਵਿੱਚ ਹੁਣ ਇਹ ਹੋਇਆ ਹੈ ਕਿ ਯਾਰ ਇਹ ਗੀਤ ਸਾਡੇ ਵਾਸਤੇ ਇੱਕ ਟ੍ਰੇਲਰ ਹੀ ਹੋ ਗਿਆ ਆ, ਗਾਂ ਵੀ ਆਏ ਕੋਈ ਆਏ ਗੀਤ ਕੋਈ ਆਏਗਾ। ਹਾਂ, ਆਪਣਾ ਨਵਾਂ ਕਹਿ ਸਕਦੇ ਹਾਂ, ਸਾਡੇ ਗੀਤ ਸਾਡਾ ਪੂਰਾ ਕੰਸੈਂਟਰੇਟ ਵਾਹ ਆਈਸ ਜੀ ਵਾਂਸ ਸਟੂਡੀਓ ਕੈਨੇਡਾ ਤੋਂ, ਉਹਨਾਂ ਨੇ ਜੈਸੀ ਕਰਿਆਲ ਸਾਹਿਬ, ਵਾਹ ਉਹਨਾਂ ਨੇ ਆਪਣਾ ਨਵਾਂ ਗਾਣਾ ਮੰਜਲਾ ਉਹ ਰੈਡੀ ਆ, ਉਹਨਾਂ ਵੱਲੋਂ ਲਾਂਚ ਕੀਤਾ ਜਾਣਾ। ਵਾਹ ਜੀ ਵਾਹ, ਕਿਆ ਬਾਤ ਹਾਂਜੀ ਹੈ, ਹਾਂਜੀ ਕਿਆ ਬਾਤ ਹੈ। ਦੇਖੋ ਜੀ ਮੈਂ ਜ਼ਿਕਰ ਕਰਾਂ, ਜਦੋਂ ਇਹ ਗੀਤ ਰਿਲੀਜ਼ ਹੋਇਆ ਸੀਗਾ 16 ਅਕਤੂਬਰ ਨੂੰ, ਮੈਂ ਕਿਹਾ ਉਹ ਦਿਨ ਐਸਾ ਗੁਜ਼ਰਿਆ ਕਿ ਪੂਰੀ ਦੁਨੀਆ ਹਿਲ ਗਈ ਕਿ ਯਾਰ ਇਹ ਕੀ ਲੈ ਹਾਂਜੀ ਕੇ ਆਏ ਹਾਂਜੀ ਗਾਣਾ, ਜਿੱਦਾਂ ਹਾਲਾਤ ਦੀ ਦੁਨੀਆ ਤੁਸੀਂ ਹਾਂ 24 ਘੰਟਿਆਂ ਦੇ ਵਿੱਚ ਪੂਰੀ ਦੁਨੀਆ ਹਿਲ ਗਈ ਕਿ ਯਾਰ ਇਹ ਕੀ ਹੈ, ਇਹ ਕੀ ਕਾ ਕੀ ਹੋਤਾ ਤੁਸੀਂ। ਇਹ ਪਿਆਰ ਹੈ ਜੀ, ਬਾਕੀ ਵਾਹਿਗੁਰੂ ਦੀ ਕਿਰਪਾ, ਤੁਹਾਨੂੰ ਸਾਰਿਆਂ ਨੂੰ ਮਾਲਕ ਖੁਸ਼ ਰੱਖੇ। ਵਾਹ ਜੀ ਵਾਹ, ਕਿਆ ਬਾਤ ਹੈ। ਵੈਸੇ ਜੇ ਗੱਲ ਕਰੀਏ ਮਾਨਕ ਸਾਹਿਬ, ਜਿੱਦਾਂ ਹੁਣ ਅੱਜ ਕੱਲ ਦਾ ਜਿਹੜਾ ਦੌਰ ਹੈ ਪੰਜਾਬੀ 'ਚ ਇੰਡਸਟਰੀ ਵਿੱਚ, ਜਿੱਦਾਂ ਦੇ ਗੀਤ ਆ ਰਹੇ ਹੈ, ਕਈ ਹਾਂਜੀ ਕਈ ਕਲਾਕਾਰ ਫਿਲਮੀ ਐਕਟਰ ਵੀ ਬਣ ਗਏ ਹੈ ਹਾਂਜੀ ਅੱਜ ਦੀ ਡੇਟ ਵਿੱਚ, ਜਿਹੜੇ ਖਾਸ ਕਰਕੇ ਜਿਹੜੇ ਫਿਲਮਾਂ ਦੇ ਵਿੱਚ ਚੱਲ ਗਏ ਆ ਸਿੰਗਰ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਗਾਇਕੀ ਵੱਲ ਧਿਆਨ ਥੋੜਾ ਘੱਟ ਗਿਆ ਹੈ, ਪਰ ਫਿਲਮਾਂ 'ਚ ਜ਼ਿਆਦਾ ਹੀ ਉਹਨਾਂ ਦਾ ਕੁਝ ਜ਼ਿਆਦਾ ਹੀ ਵੱਧ ਗਿਆ ਹੁਣ। ਜਦੋਂ ਬੰਦਾ ਆਪਣਾ ਪਿਛੋਕੜ ਭੁੱਲਦਾ ਬਾਈ ਜੀ, ਉਦੋਂ ਉਹਦਾ ਵਜੂਦ ਵੀ ਓਨਾ ਹੀ ਘੱਟ ਜਾਂਦਾ ਹੈ। ਆਪਾਂ ਚਾਹੇ ਇੰਗਲੈਂਡ 'ਚ ਰਹਿੰਦੇ ਹੋਈਏ ਚਾਹੇ ਕਨੇਡਾ 'ਚ ਰਹਿੰਦੇ ਹੋਈਏ, ਆਪਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਬਣਾਉਣਾ ਸਿਖਾਉਂਦੇ ਹਾਂ, ਬੁੱਤ ਸਤਿ ਸ੍ਰੀ ਅਕਾਲ ਬਿਲਕੁਲ ਬੁਲਾਉਣਾ ਆਏ ਜੀ ਨੂੰ ਘਰੇ, ਬਿਲਕੁਲ ਉੱਥੋਂ ਥੋੜੀ ਪਛਾਣ ਹੁੰਦੀ ਹੈ ਵੀ ਤੁਹਾਡਾ ਖਾਨਦਾਨ ਕਿੱਦਾਂ ਦਾ ਸੀ, ਤੁਹਾਡੇ ਵੱਡ ਵਡੇਰੇ ਕਿਹੋ ਜਿਹੇ ਸੀ, ਉਹ ਚੀਜ਼ ਬਿਲਕੁਲ ਫਿਰ ਤੁਹਾਡੀ ਉੱਥੇ ਲੁਕਣ ਦਿੰਦੀ ਹੈ। ਸਹੀ ਹੈ, ਜਦੋਂ ਆਪਾਂ ਹੈਲੋ ਹਾਏ ਤੇ ਆ ਜਾਂਦੇ ਹਾਂ, ਫਿਰ ਉਦੋਂ ਫਿਰ ਉਹ ਤੁਹਾਨੂੰ ਫਿਰ ਮੈਂ ਅੱਗੇ ਤੁਸੀਂ ਆਪ ਸਿਆਣੇ ਹੋ। ਬਿਲਕੁਲ ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਵੈਸੇ ਕਦੀ ਤੁਹਾਡੇ ਜੇ ਨੀ ਹੁਣ ਜਿੱਦਾਂ ਹੁਣ ਇਹ ਗੀਤ ਤੁਸੀਂ ਲੈ ਕੇ ਆਏ ਹੋ, ਗਾਂ ਵੀ ਤੁਸੀਂ ਗੀਤ ਲੈ ਕੇ ਆਣੇ ਆ, ਮੈਂ ਪੜ੍ਹਿਆ ਸੀਗਾ ਤੁਸੀਂ ਆਪਣੇ ਹਾਰਟੀ ਹੁਣਾਂ ਦਾ ਵੀ ਕੋਈ ਇੱਕ ਗੀਤ ਲੈ ਕੇ ਆ ਰਹੇ। ਉਹਨਾਂ ਨਾਲ ਵੀ ਗਾਣਾ ਆ ਰਿਹਾ, ਸੋ 10 ਨਵੰਬਰ ਤੱਕ ਆਪਣਾ ਮੰਜ਼ਲਾਂ ਗਾਣਾ ਤੁਹਾਡੀ ਝੋਲੀ ਦੇ ਵਿੱਚ ਅਸੀਂ ਪਾ ਦਿੰਦੇ। ਹਾਡੀ ਵਾਹ ਜੀ ਮਾਮਾ ਜੀ ਨਾਲ ਕੰਮ ਕਰ ਰਹੇ ਆ ਗਾਣੇ 'ਚ। ਕਿਆ ਬਾਤ ਆ, ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਦੇਖੋ ਜੀ ਬੇਗਾਨੇ ਪੁੱਤ ਗੀਤ
बड़ा कमाल दा है, कंसेप्ट बड़ा कमाल दा है। पूरी वीडियो बार बार रिपीट से देखी जा रही है, क्योंकि एक बड़ा सिंपल लुक है, बड़ा एक अज की गायकी दे विचों एक पता चलता है कि यार पंजाबी फोक गायकी अजे हैगी है, जिंदी है अजे। सो हुण सवाल आया जी कि साडे बड़े खास ही मित्र भंगड़ा होलिक उन्होंने एक सवाल पूछा है कि यूके तो कहड़े प्रोड्यूसर नाल थोड़ा काम करन दा प्लान, क्योंकि यूके दे विच भी काफी प्रोड्यूसर दी अख साडे ते आए इस वक्त, क्योंकि जिहड़ा गीत तुसीं लैके आए हैं वो वाकई पूरी दुनिया कह गया कि इंग्लैंड नूं हालात फड़ गए। हाँ क्योंकि अख है ना बाई जी, अख कई काम कर जाती है, ये तो बिल्कुल। कंट्रोल रखना पैंदा, जे गलत हो जाए हाँ तो फिर बंदे पंगा भी पै जाता। इन अख नू बंदा जे हाँ थोड़ी जी नीवी रखूगा तो वधिया रहिंदा, पर जी जिन्हां दी अख है मेरे ते मैं बहुत खुश हां भी उन्होंने सही अख ही वाह रखी, कितने गलत पासे नहीं। बाकी 26 तरीक नू बिल्कुल सारे नू पता लग जाना भी कि अख सी ते केड़ा बाजी मार गया। देखो गल सही है, गल सही है। देखो जी हाँ गल सही है, क्योंकि इस वक्त कई प्रोड्यूसर हो गए, कई जेडे लाइव म्यूजिक दे म्यूजिशियन होते हैं, लाइव बैंड हो गए इत्थे, वो सारे की सोच है कि यार असी हसन माणक होना ना कम करिए कोई प्रोजेक्ट ते। सो ये हुण थोड़े उत्ते है, तुसी कम किहदे नाल करना है, क्योंकि सारे दे वक्त पै गया है हुण कि माणक साहब ना असी कम करना। भाई जी, काम मैं लोगों लिए करना, पंजाबियों लिए करना, क्योंकि उन्होंने मेरी कह सकते हो जिंदगी दी जड़ी वो होंद आ उन्हों बना के रखना, जिहड़ा बिल्कुल मैनू वो प्यार बख्शना वो पंजाबियों ने बख्शना। काम मैं जिहदे नाल मर्जी करा मैनू सारे प्यारे है, सारे मेरे सत्कार योग है, कोई मैनू बिल्कुल जी माड़ा नहीं, कोई बिल्कुल। मेरे लिए ज्यादा चंगा नहीं, मैनू सारे बराबर। वाह जी वाह, क्या हाँ बात है। नहीं अच्छी सोच है, क्योंकि देखो जी कहते जी म्यूजिक दुनिया नूं इकट्ठा करता है, म्यूजिक है ही ऐसी चीज है कि पूरी दुनिया नूं इकट्ठा कर दिंदा है। सो जी गल करिए जी लाइव म्यूजिक दी, जिदा हुण तुसीं कई खाड़ियां ते परफॉर्म करदे हैं, भाजी होना ने इंडी बलिंग होना ने जिक्र कीता सी कि कनेडा भी तुसीं जा चुके हैं, लाइव म्यूजिक भाई बारे तुसीं दसो, क्योंकि जो हालात होए हो दुनिया दे इस वक्त, जो कोरोना वायरस का महामारी हुई है पूरी दुनिया च, काफी कलाकार इस वक्त लाइव परफॉर्म करना बड़ा मुश्किल होया है, जो उन्होंने रूटीन होंगी है। तुसीं अपना समा किधर बतीत कर रहे हैं इस वक्त? भाई जी, मैं एक गल जानदा भी जिथे रखे रब उथे ही रहना चाहिदा, मुंहों मंग के दाज कदे नहीं लेना चाहिदा, वाह पैसों पिछे धी किसी की कदे ना मारीे, भुल के झूठे यार ना घर बचवाड़ीए। मेरी यह सोच है भी जिथे मालिक रखता उथे रहो, वधिया रहने फिर क्या बात है, आपदे काम ना छड़ो पर उहदी रजा च रहो। बिल्कुल 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 सही गल है, क्या बात है। वैसे माणक साहब एक फरमाइश आई है, बड़ी कमाल दा गीत है, एक मेरा भी सब तो फेवरेट गीत है। वैसे माणक साहब की कलेक्शन इन्नी है, एल्बम इन्नी उन्होंने किते, सिंगल की इन्नी कीतियां हैं कि सारे गीत बड़े कमाल थे उन्होंने। हाय एक गीत है जी नचना पिया, बड़ा कमाल दा गीत, 1985 दे दौर दा यह गीत, और मेरे चंक लेना बनती है ये गीत दी। वैसे मैनू तां जी सारे गीत प्यारे है उहनां दे। हाँ मेरी मेरी सोच है भी मैं उहनां दे मैं बराबर तां नहीं कुछ कर सकदा, सो पर जे मैं माणक साहब दी वो थ्योरी चो, माणक साहब दे वो सुभाअ चो जे मैं 1% भी श्रोता नूं दे दां तां मैं अपने आप नूं भागा ना समझूंगा। वाह जी वाह, क्या बात हाँ है, वाह जी वाह, क्या बात है। देखो जी कई साडे नाल जुड़ गए ने बड़े कमाल दे, जे दीप भाजी ये भी साडे नाल जुड़ गए ने, प्यार भरी सत श्री अकाल। बिट्टू चंडीगढ़ उन्होंने एक फरमाइश की है जी, माँ होंगी है माँ, मैं दो लाइना बनदियां इस गीत दियां, क्योंकि ये मैं एवरग्रीन गीत है पंजाबी संगीत की दुनिया विच। वैसे भी मैं मेरी कितने भी कोई स्टेज होवे मैं हमेशा ये चीज नु गाउना, मैनू फिर अपनी मैनू स्टेज कामयाब नहीं हुंदी मेरी जिन्ना चिर मैं अपनी वाह जी मां वाह, दी याद नहीं करा। क्या बात हाँ हो मां हुंदी है मां है दुनिया वाले हो, मां है रब दा नाम है दुनिया वाले हो मां हुंदी है मां है दुनिया वाले।
हाय क्या बात है। देखो जी अंदाज भी, देखो जी बेशक उस्ताद कुलदीप मलिक साहब उन्हों का गीत है, उन्हों का जो स्टाइल है, उन्हों का अपना ओरिजिनल, पर थोड़ी भी एक बड़ी ओरिजिनल एक अपनी एक आवाज है, थोड़ा एक अपना एक पर्सनैलिटी है तुसी लैके आए हो। सो बहुत मुबारकबाद हो उस वास्ते भी थानू, क्योंकि जिथे अज का जो दौर है, खास करके जिहड़ी टेक्नोलॉजी च असीं डिजिटल दुनिया च रह रहे हैं, फैसिलिटियां हाँ भी बड़ियां मिल गई हैं, खास करके स्टूडियो दे विच अपनी वॉइस नू पॉलिश करन नू, डिजिटली उन्हों मॉडिफाई करन नू, पर लाइव दे विच ते नाल नाल स्टूडियो दे विच थोड़ी आवाज बिल्कुल उस तरह ही है जिदा तुसी लाइव गाते हैं। जी तो हाँ जी कोई बदलाव इस जी गल करिए, जिदा हुण रियाज दी, जिदा हुण कई कलाकार कहिंदे आ कि जी असीं अचार नहीं खांदे, असीं ठंडा पानी नहीं पीते, है ना, असीं मिर्चा नहीं खांदे। हसन मालक होना दी डाइट किदा रही है, ये मैनू दसो। डाइट जी, जो रुखी मिस्सी मिल जाए, चाहे हाँ चटनी ना मिल जाए, चाहे अंब का चार ना मिल जाए, आप लपेट लें। मैनू नहीं सोचा आदियां, जब रिजक तो जिन्हों नसीब होंगे ना, वह जी बंदे की जिंदगी बहुत वधिया, जेड़ा भुखा सौंदा वह माड़ी किस्मत आला। मेरी यह सोच है, क्या बात है। सो मैं तो कहना कोई मैनू भी चीज रिकॉर्ड कर देना, मैनू कोई मतलब नहीं है चीज का। हाँ क्या बात है। देखो जी देखो जी, ये तो हुण कई कलाकार कहते हैं जी कि कोक चंगा नहीं हुंदा गड़े वास्ते, है क्यों कोसा कोसा पानी पिया करो। किसी ने कुछ नहीं कहता, जब सही अगले ने पीनी कोक रखता हूँ, आप अगले ने की कहेंगे, जो पीने ही पीना। क्या बात है। सो देखो जी, बड़े शुक्रगुजार हैं भाजी, तुसी इन्ना समा कढ़िया साडे वास्ते। हाँ जी हाँ जी जिहड़े साडे तमाम पंजाबी है तमाम दुनिया दे विच जो सानू इस वक्त सानू देख रहे ने इंस्टाग्राम ते, की सुनेहा देना चाहोगे, की मैसेज देना चाहोगे अपने जिन्हें भी जिहड़े हुण थोड़े फैन बन गए है, क्योंकि देखो जी बेशक थोड़ा डेब्यूट गीत है ये, थोड़े फैन भी कई बन गए हुण, हाँ जी क्योंकि जिहड़े माणक साहब उन्हां दे फैन आ, युद्धवीर माणक थोड़े मामा जी, उन्हां दा भी मैं जिक्र करा, क्योंकि उन्हां दी बड़ी देन है, क्योंकि उन्हां दे जो गीत सुनते हैं असीं, उन्हां दा भी एक अपना ही अंदाज है उन्हां दी सिलेक्शन गीतां दी, है ना। तो जो उन्हां दा भी हुण जिक्र किया है, युद्धवीर माणक होना दी एक गीत आया सीगा कातिल कोका, वो हाँ दो कलैना तो बन गया है, वो दो कलैना बनदियां ने, ये सुना जी दिओ। युद्धवीर मामा जी नूं तां मैं अपने बाप दे समान समझदा बई, वाह क्योंकि वो ठीक हुंदे आ, छेती ठीक हुंदे आ, मेरे लिए उन्ना ही बेनिफिट, बिल्कुल बिल्कुल, क्योंकि मेरे सारे सिर उम्मीद ते है। आशीर्वाद डबल डबल थापना हो जानी है मैनूं, एक मेरे नाने दी, एक मेरे मामे दी, ते हसर वाह मानक नहीं जी फिर दी। वाह जी वाह बिल्कुल। संभल संभल के चल सोनिए, अज नहीं ता कल सोनिए, पंगा पै जू नाल तेरे किसे इश्क बपारी दा, इश्क बपारी दा, कातल कोका कतल करा दूं, कढ लै कुंड फुलकारी दा, कातल हाय हाय कोका कतल करा दूं, कढ लै कुंड फुलकारी दा। बड़ा कमाल का गीत है। देखो जी अजे भी जरूर गीत सुनते हैं, ये वीडियो भी बड़ी कमाल दी बड़ी सी, ओ एक मेरे भाई, क्या बो? मेरे यार दी बाई दी इंती दी एक फरमाइश आ, वो गड्डी च ज्यादातर लाइव में तो सुनते होंगे ये गाना, वो मैं जरूर अच्छा तुम मजबूत। जरूर जी आंदे हो। बड़ी गल जेड़ी तेरी हुंदी है, चल नहीं हुंदी जो नजायज हुंदी है, मन ली जी गल जेड़ी चेज हुंदी है, चल नहीं हुंदी जो नजायज हुंदी है, खुश रही है दुनिया तो राही वखरा, खुश रही है दुनिया तो राही वखरा, अपना ता भाई जी सुभाई वखरा, अपना हाय ता भाई जी सुभा ही वखरा हैगा या फिर। हाय क्या बात है, बहुत बहुत कमाल। देखो जी बड़ी खुशी होंगी है, खास करके जो इस स्टाइल दे वोकल्स इधर ही आवाज सुनने में बड़ा होर बड़ा सुनना चाहता है, पर समा कभी कभी इजाजत नहीं दिंदा, क्योंकि ना बड़े शुक्रगुजार है माणक साहब कि तुसी अपना समा कढ़िया, तुसी अज इंस्टाग्राम ते लाइव इंडिया तो जिन्हें भी तमाम पंजाबी देख रहे हैं पूरी दुनिया से, की सुनेहा देना चाहोगे, की मैसेज देना चाहोगे तुसे? भाई जी मैं कहना चाहूंगा भी, मां प्यो नालों बड़ा कोई गुरु नहीं है, गुरदेव माता गुरदेव पिता, एक गुरबाणी च लिखिया, सो क्यों मंदा आखिए जित जम्मे राजा। वाह जी वाह जेड़ा बंदा अपने मां प्यो नूं नहीं सांभदा, वो जेड़े मर्जी किसे तीर्थ स्थान ते मत्था टेकी जावे, ओहदा वेस्ट है, ओहदा कोई फायदा बिल्कुल नहीं। बिल्कुल।
बिल्कुल अपने मां प्यो तवज्जो दो, उन्होंने संभो, उन्होंने असीसा, मेरी मां की असीस, मेरे प्यो का आशीर्वाद अज मैनू इतने लेके आया, ये मेरा मनना है। क्या बात है, मैं यही कहना चाहूंगा। वाह जी वाह, किन्ना कमाल का मैसेज दिता तुसी। क्योंकि देखो जी जिथे गल म्यूजिक दी आंदी उथे धार्मिक पक्षों भी देखना पैंदा, स्पिरिचुअलिटी भी देखनी पैंदी। क्योंकि जो अज का जो दौर है इस वक्त सारे जिद विच जूझ रही है दुनिया सारी, स्पिरिचुअलिटी वाल बंदे नूं सोचना चाहिए। वैसे जो गल्लां तुसी कीतियां सांझियां, तो बहुत बहुत धन्यवाद है भाजी, ते बहुत बहुत धन्यवाद है इंडी बिलिंग भाजी होना दा भी, उन्होंने दे जी नाल भी मुलाकात हो गई इस बहाने नाल, ते बहुत बहुत धन्यवाद है। सो मैं उम्मीद करता कि आने वाले गीत थोड़े मकबूल होने जी, इंतजार कर रहे हैं थोड़े जी अगले प्रोजेक्ट्स की, ते उम्मीद कर रहे हैं इंग्लैंड भी जो तुसी आओगे मुलाकात होएगी। बहुत बहुत धन्यवाद, होगी होगी। क्या बात है, बहुत बहुत धन्यवाद है। सो जिन्हें भी तमाम पंजाबी ने उन्होंने भी बड़ा बड़ा प्यार है जो आप जी ने सारे ने समा कट के तुसी सानू देख रहे हैं, ते गलबात भी सारी सुनी है। बहुत बहुत धन्यवाद सुमानक साहब, बहुत बहुत धन्यवाद है, जिंदे वसदे रहो, ते उम्मीद करते हैं कि गायकी इस तरह ही थोड़ी अगे चली जावे। क्योंकि देखो जी इतने हाँ उस्ताद कुलदीप मानक साहब तो लैके युद्धवीर मानक तक हुण थोड़ी बारी आ गई है मानक फैमिली नूं अगे लैके जाण नूं। जी सो बहुत बहुत धन्यवाद है, ते जिंदे वसदे रहो। मेहरबानी मेहरबानी।